ਸੋ ਜੀ ਸਟੂਡੈਂਟ ਮੇਰੇ ਨਾਲ ਗੌਰਵ ਅਰੋੜਾ, ਇਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਆ ਗਿਆ, ਕੰਗ੍ਰੈਚੁਲੇਸ਼ਨ ਗੌਰਵ। ਥੈਂਕ ਯੂ ਮੈਮ। ਸੋ ਕਦੋਂ ਜਾ ਰਹੇ ਹੋ ਗਈ ਫਲਾਈਟ ਬੁੱਕ? ਹਾਂਜੀ ਮੈਮ, ਹੋ ਗਈ। ਕਦੋਂ ਦੀ? ਦਸੰਬਰ 16। ਓਕੇ, ਅਤੇ ਕਲਾਸਿਸ ਕਦੋਂ ਸਟਾਰਟ ਨੇ? ਕਲਾਸਿਸ 6 ਜਨਵਰੀ ਤੋਂ। ਓਕੇ, ਕਿਹੜੇ ਕਾਲਜ? ਚੰਡੀਗੜ੍ਹ। ਓਕੇ, ਕਾਫੀ ਬੱਚੇ ਇਸੇ ਕਾਲਜ ਦੇ ਨੇ, ਬਾਹਰ ਗੱਲਬਾਤ ਹੋਈ, ਫਰੈਂਡਸ ਬਣ ਗਏ ਕਿ ਨਹੀਂ? ਨਹੀਂ ਹਜੇ ਨਹੀਂ ਬਣੇ, ਬਣ ਜੂਗੇ ਉੱਥੇ ਅੱਗੇ। ਹਾਂ ਬਿਲਕੁਲ, ਇੱਥੇ ਵੀ ਕਾਫੀ ਬੱਚੇ ਆਏ ਨੇ ਇਸੇ ਕਾਲਜ ਦੇ ਨੇ, ਇੱਥੇ ਗੱਲਬਾਤ ਕਰ ਲਓ ਤਾਂ ਕਿ ਈਜ਼ੀ ਹੋ ਜਾਏ, ਹੈ ਨਾ? ਅਤੇ ਹੁਣ ਅੱਗੇ ਕਿਹੜੀ ਸਟ੍ਰੀਮ 'ਚ ਜਾ ਰਹੇ ਹੋ? IBM ਕੋਰਸ ਦਿੱਤਾ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ। ਓਕੇ, ਤੇ ਇੱਥੇ ਕੀ ਸਟੱਡੀ ਕੀਤੀ? ਇੱਥੇ ਮੈਂ BA ਕੀਤੀ ਹੈ। BA ਕੀਤੀ? ਹਾਂਜੀ। ਓਕੇ, ਕਿੰਨੇ ਪਰਸੈਂਟ ਮਾਰਕਸ? ਮੇਰੇ 66। ਕਦੋਂ ਕੰਪਲੀਟ ਕੀਤੀ ਸੀ? 2019 'ਚ ਕੀਤੀ। ਓਕੇ, ਤੇ ਫਿਰ IELTS ਤੋਂ ਕਿੰਨੇ ਬੈਂਡਸ? IELTS ਮੇਰੇ ਓਵਰਆਲ 6। ਓਕੇ, ਤੇ ਲੈਂਡਮਾਰਕ ਦਾ ਪਤਾ ਕਿੱਦਾਂ ਲੱਗਾ ਤੁਹਾਨੂੰ? ਲੈਂਡਮਾਰਕ ਮੈਂ YouTube 'ਤੇ ਸਰਚ ਕੀਤਾ ਸੀ, ਕੰਸਲਟੈਂਟ ਕਿਹੜੇ ਵਧੀਆ ਗਏ, ਥੋੜ੍ਹੀ ਵੀਡੀਓਜ਼ ਦੇਖੀਆਂ, ਥੋੜ੍ਹੀ ਗੂਗਲ ਸਰਚ ਕੀਤਾ, ਫਿਰ ਜਾ ਕੇ ਲੈਂਡਮਾਰਕ ਬਾਰੇ ਪਤਾ ਲੱਗਿਆ ਜੀ। ਅਤੇ ਵੈਸੇ ਗੂਗਲ ਅਤੇ YouTube 'ਤੇ ਹੋਰ ਵੀ ਬੜੇ ਕੰਸਲਟੈਂਟ ਹੈਗੇ, ਹੋਰ ਵੀ ਕਿਤੇ ਪਤਾ ਕੀਤਾ ਕਿ ਇੱਥੇ ਆਏ? ਨਹੀਂ, ਹੋਰ ਵੀ ਪਤਾ ਕੀਤਾ ਸੀ, ਬਟ ਸਭ ਨੂੰ ਵਧੀਆ ਹੀ ਲੱਗਿਆ, ਫਿਰ ਇੱਥੇ ਅਪਲਾਈ ਕੀਤਾ। ਓਕੇ, ਠੀਕ ਹੈ ਜੀ। ਅਤੇ ਫਿਰ ਕਿੰਨੀ ਦੇਰ ਦੇ ਵਿੱਚ ਵੀਜ਼ਾ ਆ ਗਿਆ? ਵੀਜ਼ਾ ਆ ਗਿਆ ਮੇਰਾ 20-21 ਦਿਨ ਦੇ ਵਿੱਚ ਆ ਗਿਆ। ਓਕੇ, ਅਤੇ ਸਹੀ ਸੀ, ਕੋਆਪਰੇਟਿਵ ਸੀਗਾ ਲੈਂਡਮਾਰਕ ਦਾ ਸਟਾਫ? ਹਾਂਜੀ, ਸਭ ਕੋਆਪਰੇਟਿਵ ਸੀਗਾ, ਸਾਰੇ ਫੋਨ ਚੱਕ ਲੈਂਦੇ ਸੀ ਨਾਲ ਗੱਲ ਹੋਈ। ਓਕੇ, ਠੀਕ ਹੈ ਜੀ, ਠੀਕ ਹੈ। ਨਾਲ ਮੋਮ ਡੈਡ ਨੇ? ਹਾਂਜੀ ਹਾਂਜੀ। ਤੁਹਾਨੂੰ ਵੀ ਜੀ ਮੁਬਾਰਕਾਂ। ਥੈਂਕ ਯੂ ਜੀ, ਤੁਹਾਨੂੰ ਬਹੁਤ ਮੁਬਾਰਕਾਂ। ਖੁਸ਼ ਹੋ ਬੇਟਾ ਜਾ ਰਿਹਾ? ਬਿਲਕੁਲ ਜੀ, ਖੁਸ਼ ਆ ਗਿਆ। ਕੋਈ ਟੈਨਸ਼ਨ ਤਾਂ ਨਹੀਂ? ਨਹੀਂ, ਕੋਈ ਟੈਨਸ਼ਨ ਨਹੀਂ। ਓਕੇ, ਤੇ ਲੈਂਡਮਾਰਕ ਕਿੱਦਾਂ ਲੱਗਾ ਹੈ? ਇਹਨਾਂ ਨੇ ਕੋਆਪਰੇਟ ਕੀਤਾ? ਬਹੁਤ ਵਧੀਆ ਜੀ, ਸਟਾਫ ਬੜਾ ਵਧੀਆ ਹੈਗਾ, ਕੋਈ ਦਿੱਕਤ ਨਹੀਂ ਸਾਨੂੰ। ਜਦੋਂ ਵੀ ਕਾਲ ਕੀਤੀ ਹੈ, ਗੁਰਪ੍ਰੀਤ ਸਰ ਨੂੰ ਗੱਲ ਹੋਈ ਹੈ, ਉਹਨਾਂ ਨੇ ਕੀਤੀ ਗੱਲ, ਇਹਦੇ ਨਾਲ ਕੋਈ ਦਿੱਕਤ ਨਹੀਂ ਹੈ, ਕੋਈ ਪ੍ਰੋਬਲਮ ਨਹੀਂ, ਐਨੀ ਟਾਈਮ ਠੀਕ ਰਹੇਗਾ। ਠੀਕ ਹੈ ਜੀ, ਮੁਬਾਰਕਾਂ ਤੁਹਾਨੂੰ ਸਭ ਤੋਂ। ਸੋ ਆਲੋ ਜੀ ਪਾਸਪੋਰਟ, ਕੰਗ੍ਰੈਚੁਲੇਸ਼ਨ ਅਗੇਨ।